बेहद ही सनसनीखेज खबर सामने आ रही है जिथे एक नूह दे वल्लों घर दे विच मौजूद अपने सस ते सहुरे दा कुट कटापा किया गया। दरअसल खबर ये सामने आ रही है कि रखड़ियां दे त्यौहार नू लैके घर दे विच किसे गल नू लैके झगड़ा शुरू हुंदा है अते उस तो बाद नूह दे वल्लों अपनी सस दा कटापा किया जा रहा हुंदा है। इसे दरम्यान ही जदों सहुरा उस नू बचाउण दे लई आंदा है तां उस दे उपर हमला किया जाता है नूह दे वल्लों अते अपने सोरे दी नूह ने जान लै ली। दुखद घटना वापरन तो बाद पूरे पिंड दे विच जिथे सोग दी लहर है उत्थे ही रिश्तेदार अते परिवारिक मैंबरां दे वल्लों पहुँच के दस्या गया कि किंज उन्हां दे घर दे विच नित दिन यही काम हुंदा सी अते इस दे चलदे होए हर एक खबर भावें उन्हां दे मुंडे नूं सी पर फिर भी उह कुछ कर नहीं पाया। दस दईए कि इको एक पुत विदेश दे विच रहिंदा है ते इधर अपने बजुर्ग मापिआं दे कोल उसने अपनी पत्नी नूं छड्डिआ होइआ सी तां कि उह देख रेख कर सके पर देख रेख तां की करनी सी सगों घर दे विच हो रहे लड़ाई झगड़े तो बाद नूह ने अपने सहुरे की जान लै ली। परिवारिक मैंबरां दे वल्लों यह भी दस्या गया कि घर दे विच 1.5 साल का मासूम बच्चा है जिसकी कुटमार उसकी ही माँ दे वल्लों की जाती सी अते जदों उसके दादा दादी उसनू रोकते सन तो उन्होंने नाल भी यह झगड़ा शुरू हो जाता सी। बीते दिन भी इहो जिहा ही कारा किया गया अते नूह ने अपने ही सहुरे नू कुट कुट के खत्म कर दिता। फिलहाल पुलिस के ध्यान दे विच यह सारा मामला लिया जा चुका है जिसके चलते हुए परिवारिक मैंबर इंसाफ की मांग कर रहे हैं। ਘਰ ਦੀ ਸੀਗੀ 2 ਸਾਲ ਹੋਏ ਸੀ ਵਿਆਹ ਨੂੰ ਅਸੀਂ ਇਹ ਦੋਨੋਂ ਮੇਰੇ ਮਾਂ ਪੇ ਸਿਆਣੇ ਆ ਇਹਨਾਂ ਨੂੰ ਤੰਗ ਬਹੁਤ ਕਰਦੀ ਸੀਗੀ ਨਿੱਕੀ ਨਿੱਕੀ ਗੱਲ 'ਤੇ ਝਗੜਾ ਕਰੀ ਜਾਣਾ ਕੁੱਟਣ ਮਾਰਨ ਪੈਂਦੀ ਸੀ ਅਸੀਂ ਅੱਗੇ ਵੀ ਕਹਿਣਾ ਵੀ ਚੱਲ ਇਹਨੂੰ ਕਿਤੇ ਇਹਨਾਂ ਤੁਹਾਨੂੰ ਕੁਛ ਕਰੇ ਸੱਟ ਸੁੱਟ ਨਾ ਲਾ ਦੇਵੇ ਤੁਹਾਨੂੰ ਚੱਕੂਗਾ ਕੌਣ ਸਿਆਣੇ ਆ ਤਾਂ ਉਹਨੇ ਕੋਈ ਸ਼ੱਕ ਨਹੀਂ ਛੱਡੀ ਅਸੀਂ ਸਵੇਰੇ ਮੈਨੂੰ ਫੋਨ ਆਇਆ ਮੈਂ ਕਿਹਾ ਡੈਡੀ ਕਹਿੰਦੇ ਬੋਲਦੀ ਆ ਮੈਂ ਕਿਹਾ ਤੁਸੀਂ ਨਾ ਬੋਲਿਓ ਮੈਂ ਇਹੀ ਗੱਲ ਕਹੀ ਮੈਂ ਕਿਹਾ ਡੈਡੀ ਤੁਸੀਂ ਨਾ ਬੋਲਿਓ ਕੋਈ ਗੱਲ ਨਹੀਂ ਬੋਲ ਲੈਣ ਦਿਓ ਸਾਨੂੰ ਇਹ ਥੋੜ੍ਹੀ ਪਤਾ ਸੀ ਕਿ ਸਾਡੇ ਡੈਡੀ ਨੂੰ ਮਾਰ ਦੇਣਾ ਘਰ ਕੋਈ ਹੋਰ ਹੈ ਵੀ ਨਹੀਂ ਦੋਵੇਂ ਜਣੇ ਆ ਇਹ ਲੈ ਕੇ ਘੜੀਸ ਕੇ ਲੈ ਗਈ ਮੇਰੀ ਮਾਂ ਨੂੰ ਮੇਰਾ ਡੈਡੀ ਬਾਹਰ ਬੈਠਾ ਸੀਗਾ ਉਹ ਛਡਾਉਣ ਆਇਆ ਬਸ ਦੋਹਾਂ ਨੂੰ ਢਾ ਲਿਆ ਢਾ ਕੇ ਇੰਨਾ ਕੁੱਟਿਆ ਉਹਨੂੰ ਬਸ ਉਹ ਬੋਲਿਆ ਹੀ ਨਹੀਂ ਮੁੜ ਕੇ ਹੈ ਹੀ ਨਹੀਂ ਸੀ ਉਹਦੇ ਵਿੱਚ ਕੁਛ ਨਹੀਂ ਸੀਗਾ ਉਹਦੇ 'ਚ ਕੁਛ ਨਹੀਂ ਰਿਹਾ ਉਸ ਵੇਲੇ ਲੈ ਕੇ ਗਿਆ ਨੇ ਕਰਾਰ ਦੇ ਦਿੱਤਾ ਜਦੋਂ ਉਹ ਤੋਂ ਬਾਅਦ ਅਸੀਂ ਆਏ ਵੀ ਹਾਂ ਡੈਡੀ ਮੇਰਾ ਆਇਆ ਸੀ ਉਹ ਤੋਂ ਬਾਅਦ ਆਈਆਂ ਆ ਕੇ ਦੋਹਾਂ ਹੱਥ ਨਾਲ ਸ਼ੀਸ਼ਾ ਭੰਨ ਕੇ ਸ਼ੀਸ਼ਾ ਹੱਥ ਵਿੱਚ ਫੜ ਕੇ ਕਹਿੰਦੀ ਤੁਹਾਨੂੰ ਮਾਰ ਦੇਣਾ ਚਾਹੇ ਮੈਂ ਮਰ ਜਾਣਾ ਉਸ ਵੇਲੇ ਵੀ ਇਹੀ ਕੁਛ ਕੀਤਾ ਸਾਰਾ ਪਿੰਡ ਖੜਾ ਸੀ ਉਸ ਵੇਲੇ ਹਾਂਜੀ ਉਹ ਗ੍ਰੀਸ ਵਿੱਚ ਰਹਿੰਦਾ ਸਾਡਾ ਭਰਾ ਰਵਿੰਦਰ ਹਾਂਜੀ ਪਤਾ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਪਹਿਲਾਂ ਮੁੰਡੇ ਪਿੱਛੇ ਲੜਾਈ ਹੁੰਦੀ ਸੀ ਜਦੋਂ ਵੀ ਹੁੰਦੀ ਸੀਗੀ ਸਾਡੇ ਡੈਡੀ ਨੇ ਕਹਿਣਾ ਵੀ ਤੂੰ ਮੁੰਡੇ ਨਾ ਕੁੱਟ ਜਦੋਂ ਖਿੱਚ ਜਾਂਦੀ ਸੀ ਉੱਤੇ ਖਿਜੀ ਰਹਿੰਦੀ ਹੁੰਦੀ ਸੀ ਕੁੱਟਦੀ ਰਹਿੰਦੀ ਹੁੰਦੀ ਸੀ ਮੁੰਡੇ ਨੂੰ 1.5 ਸਾਲ ਦਾ ਕਾਕਾ ਆ ਇਹਨੂੰ ਵੀ ਕਹਿੰਦੀ ਮਾਰ ਦੇਣਾ ਆ ਡੈਡੀ ਮੇਰੇ ਦੀ 75 ਸਾਲ ਦੇ ਕਰੀਬ ਸੀਗੇ ਹਾਂਜੀ ਸਿਆਣੇ ਸੀਗੇ ਹੁਣ ਨਹੀਂ ਬਿਮਾਰ ਵੀ ਸੀ ਉਦਾਂ ਤੇ ਠੀਕ ਸੀ ਦਵਾਈਆਂ ਚੱਲਦੀਆਂ ਸੀ ਸਿਆਣਿਆਂ ਦੀ ਹੁਣ ਸਾਰੇ ਦੀਆਂ ਚੱਲਦੀਆਂ ਦਵਾਈਆਂ ਤਾਂ ਹਾਂਜੀ ਸਾਰੇ ਨੂੰ ਲੈਣੀਆਂ ਪੈਂਦੀਆਂ ਆ ਪਰ ਉਹ ਤਾਂ ਖੜੀ 'ਚ ਮਾਰ ਕੇ ਮੁਕਾ ਕੇ ਕੰਮ ਨਿਬੇੜਤਾ ਮਾਂ ਸਾਡੀ ਬਚ ਕੇ ਖਰੇ ਇਹਨੂੰ ਨਹੀਂ ਕਿਤੇ ਮਾਰਤਾ ਉਹਨੇ ਤੁਸੀਂ ਕੀ ਚਾਹਨੇ ਹੁਣ ਅਸੀਂ ਇਨਸਾਫ ਚਾਹਨੇ ਆ ਸਾਡੇ ਡੈਡੀ ਦਾ ਇਨਸਾਫ ਜ਼ਰੂਰ ਹੋਣਾ ਚਾਹੀਦਾ ਆ ਹੈ ਮੇਰੇ ਪੇਰਾ ਇਨਸਾਫ ਮੈਨੂੰ ਮਿਲਣਾ ਚਾਹੀਦਾ ਆ ਹਾਂ ਬਸ ਸਾਨੂੰ ਇਨਸਾਫ ਦਿਓ ਪ੍ਰਸ਼ਾਸਨ ਅੱਗੇ ਇਹੀ ਸਾਡੀ ਬੇਨਤੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਗੱਲ ਕਾਕੇ ਪਿੱਛੇ ਛੋਟੇ ਪਿੱਛੇ ਬਸ ਉਹਨੂੰ ਵੀ ਅਸੀਂ ਕਹਿ ਦਈਏ ਵੀ ਨਾ ਕੁੱਟ ਇੰਨੇ ਤੇ ਸਾਡੇ ਨਾਲ ਬਸ ਕੁੱਟ ਮਾਰ ਕਰਦੀ ਸੀ ਸੁਖਵਿੰਦਰ ਕੌਰ ਆ ਮੈਨੂੰ ਉਸੇ ਵੇਲੇ ਫੜ ਲਿਆ ਤਾਂ ਬਸ ਸਿੱਟ ਕੇ ਥੱਲੇ ਉਹ ਤਾਂ ਬਾਹਰ ਸੀਗੇ ਮੈਨੂੰ ਛਡਾਉਣ ਆਏ ਉਹਨੂੰ ਵੀ ਥੱਲੇ ਸਿੱਟ ਲਿਆ ਸਿੱਟ ਕੇ ਏਦਾਂ ਅੱਡੀਆਂ ਨਾ ਉਹਦੇ ਦਿਲ ਦੇ ਉੱਪਰ ਮਾਰੀਆਂ ਉਸੇ ਵੇਲੇ ਮੁੱਕ ਗਿਆ ਉਸੇ ਵੇਲੇ ਮੁੱਕ ਗਿਆ ਮੁੜ ਕੇ ਬੋਲਿਆ ਹੀ ਸੋਹਣ ਸਿੰਘ ਨਾ ਉਹਦਾ ਦਵਾਈ ਚੱਲਦੀ ਸੀ ਪਰ ਸੋਹਣ ਠੀਕ ਸੀ ਸਾਸ ਨੇ ਬੇਹੋਸ਼ ਹੋ ਗਿਆ ਹਸਪਤਾਲ ਲੈ ਕੇ ਗਏ ਸੀਗੇ ਭਗਤ ਸਿੰਘ ਦਿਆਲ ਜਿੱਥੇ ਡਾਕਟਰ ਨੂੰ ਮਰਿਆ ਕੁਰਸੀ ਕੀਤਾ ਜਿਹਦੀ ਲੈਂਦੀ ਸੀਗੀ ਜੋ ਸਾਨੂੰ ਇਹ ਦਿੱਤੀ ਅਸੀਂ ਮੌਕੇ 'ਤੇ ਆਏ ਹਾਂ
जो इन्हों के बयान ले जा रहे बयान कार्रवाई सर गिरफ्तारी अजय गिरफ्तारी कोई नहीं। मैं डैडी तुम ना बोलियो कोई गल नहीं बोल लैन दो सानू ये थोड़ी पता सी कि साढ़े डैडी नू मार देना घर कोई होर है भी नहीं दोए जने हैं ये लैके घड़ीस के लै गई मेरी माँ नू मेरा डैडी बाहर बैठा सीगा वो छड़ान आया बस दोहां नू ढा लिया ढा के एना एना कुटे और बस वो बोलिया ही नहीं मुड़ के है ही ना सी उहदे विच कुछ नहीं सीगा उहदे विच कुछ नहीं रहा उस वे लैके गए ने करार देता जदों उस तों बाद असीं आए भी हाँ डैडी मेरा आया असीं उस तों बाद आई हाँ आ के दोहां हथ नाल शीशा भन के शीशा हाथ में फड़ के कहती थानू मार देना चाहे मैं मर जाना उस वेले भी यही कुछ किया सारा पिंड खड़ा सी उस वेले। हाँ जी वह ग्रीस में रहा सा रविंदर हाँ जी पता है उन्होंने थोड़ा चिर पहले मुंडे पिछे लड़ाई होंगी सी जो भी होंगी सी साढ़े डैडी ने कहना तू मुंडे ना कुट जो खिज जाती सी उदे खिजी रही होंगी कुटती रही होंगी सी मुंडे डेढ़ साल का काका आया इन्हें भी कहनी मार देना आ डैडी मेरे दी 75 साल के करीब सके हाँ जी सियाने से हूँ नहीं बीमार भी सी उदा ठीक से दवाइया चल दया सियाने नहीं और सारे दल दया दवाइया तो हाँ जी सारे लैनिया पैदा आ पर तो घड़ी च मार के मुका के कम नबेड़ता माँ साड़ी बच के खरे इन्हू नहीं कि मारता उन्हें असं इंसाफ चाहते हाँ साढ़े डैडी का इंसाफ जरूर होना चाहिए आ है मेरे पेरा इंसाफ मैनू मिलना चाहिए आ हाँ बस सानू इंसाफ दियो प्रशासन अगे यही साड़ी बेनती है कि सानू इंसाफ मिलना चाहिए आ गल काके पिछे छोटे पिछे बस उन्होंने जी असं कह दीजिए भी ना कुट इन्ने तो साढ़े ना बस कुट मार कर दी सी सुखविंदर कौर आ मैनू उस वेले फड़ लिया तो बस सट सिट के थले वो तो बाहर थे मैनू छड़ा आए उन्होंने भी थले सिट लिया सिट के इदा अड्डिया ना वो दिल के उपर मारिया उस वेले मुक गया उस वेले मुक गया मुड़ के बोलिया ही सोहन सिंह ना उधर दवाई चल दी सी पर सोहन ठीक से ਸੋਹਣ ਲੱਗਾ ਤਾਂ ਉਹਨੇ ਉਹਦੇ ਝੜੇ ਲੱਤਾਂ ਮਾਰੀਆਂ ਉਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਇਹਨੂੰ ਹਸਪਤਾਲ ਲੈ ਕੇ ਗਏ ਸੀਗੇ।